ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਚੋਣ ਹੋਈਆਂ ਖਬਰਾਂ ਰੂਸ ਤੇ ਨਿਰਭਰਤਾ ਘਟਾਉਣ ਲਈ ਅਮਰੀਕਾ ਯੂਰਪ ਚ ਗੈਸ ਦੀ ਸਪਲਾਈ ਵਿਦੌਉਟ ਦੀ ਬਣਾ ਰਿਹਾ ਹੈ ਯੋਜਨਾ ਪੋਲੈਂਡ ਦੀ ਸਰਹੱਦ ਨੇੜੇ ਤਾਇਨਾਤ ਅਮਰੀਕੀ ਫੌਜੀਆਂ ਨੂੰ ਮਿਲਣਗੇ ਰਾਸ਼ਟਰਪਤੀ ਬਾਈਡਨ ਅਮਰੀਕਾ ਨੇ ਯੂਏਈ ਚ ਬੋ ਕੋ ਹਰਾਮ ਦੇ ਮੈਂਬਰਾਂ ਨੂੰ ਬਣਾਇਆ ਨਿਸ਼ਾਨਾ ਕੱਲ ਤੋਂ ਸ਼ੁਰੂ ਹੋ ਰਹੀਆਂ ਹਨ ਅੰਤਰਰਾਸ਼ਟਰੀ ਉਡਾਣਾ ਜਾਣੋ ਨਵੇਂ ਦਿਸ਼ਾ ਨਿਰਦੇਸ਼ ਕਿਸਾਨਾਂ ਨੂੰ ਵੱਡਾ ਝਟਕਾ ਖਾਦਾ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ ਹੁਣ ਖਬਰਾਂ ਦਾ ਵਿਸਥਾਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਯੂਰਪ ਨੂੰ ਤਰਲ ਕੁਦਰਤੀ ਗੈਸ ਦੀ ਵਿਧਾਈ ਗਈ ਖੇਪ ਦਾ ਐਲਾਨ ਕਰਨ ਦੀ ਉਮੀਦ ਹੈ ਯੂਕਰੇਨ ਤੇ ਹਮਲੇ ਤੋਂ ਬਾਅਦ ਰੂਸ ਦੇ ਇੰਦਨ ਤੋਂ ਯੂਰਪ ਦੀ ਨਿਰਭਰਤਾ ਕਾ ਡਾਊਨ ਲਈ ਇਹ ਇੱਕ ਲੰਮੇ ਸਮੇਂ ਦੀ ਪਹਿਲ ਕਦਮੀ ਦਾ ਹਿੱਸਾ ਹੈ ਬਾਈਡਨ ਆਪਣੀ 4 ਦਿਨੀ ਯਾਤਰਾ ਦੇ ਅੰਤਿਮ ਪੜਾਚ ਪੋਲੈਂਡ ਲਈ ਰਵਾਨਾ ਹੋਣ ਤੋਂ ਕੁਝ ਸਮੇਂ ਪਹਿਲਾਂ ਯੂਰੋਪੀਅਨ ਯੂਨੀਅਨ ਦੀ ਕਾਰਜਕਾਰੀ ਬ੍ਰਾਂਚ ਦੀ ਮੁਖੀ ਉਰਸੂਲਾ ਵਾਨ ਡੇਰ ਲੇਗਨ ਦੇ ਨਾਲ ਇਸ ਮੁੱਦੇ ਤੇ ਚਰਚਾ ਕਰਨ ਵਾਲੇ ਨੇ ब्रुसेल्स ਦੀ ਯਾਤਰਾ ਤੋਂ ਬਾਅਦ ਬਾਈਡਨ ਪੋਲੈਂਡ ਦੇ ਰੇਜੀਸ ਸਜਾਵ ਜਾਣਗੇ ਜਿੱਥੇ ਅਮਰੀਕੀ ਫੌਜੀ ਵੀ ਤਾਇਨਾਤ ਨੇ ਇਸ ਸਥਾਨ ਯੂਕਰੇਨ ਦੀ ਸਰਹੱਦ ਤੋਂ ਸਿਰਫ 1 ਘੰਟੇ ਦੀ ਦੂਰੀ ਤੇ ਹੈ ਬਾਈਡਨ ਯੂਕਰੇਨ ਦੇ ਸਰਦਾਰਥੀਆਂ ਅਤੇ ਹੁਣ ਵੀ ਦੇਸ਼ ਦੇ ਅੰਦਰ ਫਸੇ ਲੋਕਾਂ ਨੂੰ ਲੈ ਕੇ ਮਨੁੱਖੀ ਪਹਿਲ ਦੀ ਜਾਣਕਾਰੀ ਲੈਣਗੇ ਬਾਈਡਨ ਪੋਲੈਂਡ ਦੇ ਫੌਜੀਆ ਨਾਲ ਤਾਇਨਾਤ ਅਮਰੀਕੀ ਫੌਜ ਦੇ 82ਵੇਂ 에ਅਰਬੋਰਨ ਡਿਵੀਜ਼ਨ ਦੇ ਫੌਜੀ ਮੁਲਾਜ਼ਮਾਂ ਨਾਲ ਵੀ ਮੁਲਾਕਾਤ ਕਰਨਗੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਯੂਕਰੇਨ ਨਾਲ ਲਗਦੀ ਪੋਲੈਂਡ ਦੀ ਸਰਹੱਦ ਨੇੜੇ ਤਾਇਨਾਤ ਅਮਰੀਕੀ ਫੌਜੀਆਂ ਨਾਲ ਸ਼ੁੱਕਰਵਾਰ ਨੂੰ ਸਿੱਧੇ ਤੌਰ ਤੇ ਗੱਲਬਾਤ ਕਰਨਗੇ ਅਤੇ ਯੂਕਰੇਨ ਦੇ ਉਹਨਾਂ ਲੱਖਾਂ ਲੋਕਾਂ ਦੇ ਸੰਕਟ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨਗੇ ਜੋ ਆਪਣੇ ਦੇਸ਼ ਤੇ ਰੂਸ ਦੇ ਹਮਲੇ ਤੋਂ ਬਚਣ ਲਈ ਪੋਲੈਂਡ ਜਾ ਰਹੇ ਨੇ ਬਾਈਡਨ ਨੇ ਅਮਰੀਕੀ ਫੌਜ ਦੀ 82ਵੀਂ 에ਅਰਬੋਰਨ ਡਿਵੀਜ਼ਨ ਦੇ ਮੈਂਬਰਾਂ ਨੂੰ ਮਿਲਣ ਦੀ ਯੋਜਨਾ ਬਣਾਈ ਹੈ ਜੋ ਪੋਲਿਸ਼ ਫੌਜੀਆਂ ਨਾਲ ਸੇਵਾ ਦੇ ਰਹੇ ਨੇ ਉਹ ਸ਼ੁੱਕਰਵਾਰ ਦੁਪਹਿਰ ਦੱਖਣੀ ਪੂਰਬੀ ਪੋਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਰੇਜ ਸਜੋ ਹਵਾਈ ਅੱਡੇ ਤੇ ਪਹੁੰਚੇ। ਉਹ ਪੋਲਿਸ਼ ਰਾਸ਼ਟਰਪਤੀ ਐਂਡਰੇਜ ਦੂਦਾ ਅਤੇ ਹੋਰ ਨਾਲ ਗੱਲਬਾਤ ਲਈ ਸ਼ਨੀਵਾਰ ਨੂੰ ਵਾਰਸਾ ਚ ਹੋਣਗੇ। ਪੋਲਿਸ਼ ਨੇਤਾ ਨੂੰ ਸ਼ੁੱਕਰਵਾਰ ਨੂੰ ਹਵਾਈ ਅੱਡੇ ਤੇ ਬਾਈਡਨ ਦਾ ਸਵਾਗਤ ਕਰਨਾ ਸੀ ਪਰ ਤਕਨੀਕੀ ਸਮੱਸਿਆ ਕਾਰਨ ਉਹਨਾਂ ਦੇ ਜਹਾਜ਼ ਵਿੱਚ ਦੇਰੀ ਹੋ ਗਈ। ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਯੂਕਰੇਨ ਦੇ ਲਗਭਗ 35 ਲੱਖ ਲੋਕ ਦੇਸ਼ ਛੱਡ ਕੇ ਭੱਜ ਗਏ ਨੇ। ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੇਕ ਸੋਲਵਨ ਨੇ ਕਿਹਾ ਕਿ ਬਾਈਡਨ ਅਮਰੀਕੀ ਫੌਜੀਆਂ ਅਤੇ ਮਾਹਿਰਾਂ ਤੋਂ ਜ਼ਮੀਨੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਲੈਣਗੇ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਬਰੂਸੇਲਜ਼ 'ਚ ਬਾਈਡਨ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੇ ਸ਼ਰਨਾਰਥੀ ਸੰਕਟ ਨਾਲ ਨਜਿੱਠਣ ਲਈ ਪੋਲੈਂਡ ਰូមਾਨੀਆ ਅਤੇ ਜਰਮਨੀ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ कोरोना दी लागण ਅੰਤਰਰਾਸ਼ਟਰੀ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ ਅਜਿਹੇ 'ਚ ਹੁਣ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਉਡਾਨਾਂ ਚਲਾਉਣ ਦਾ ਫੈਸਲਾ ਕੀਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਸੇਵਾ 7 ਮਾਰਚ 2022 ਭਾਵ ਕੱਲ ਤੋਂ ਸ਼ੁਰੂ ਹੋਵੇਗੀ ਹਾਲਾਂਕਿ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਪਰ ਕੱਲ ਤੋਂ ਇਹ پابੰਦੀ ਖਤਮ ਹੋ ਜਾਵੇਗੀ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀ 에ਅਰਲਾਈਨਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਉਡਾਣਾਂ 'ਤੇ ਤਿੰਨ ਸੀਟਾਂ ਖਾਲੀ ਰੱਖਣ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ। ਹੁਣ ਕਰੋਨਾ ਮਾਮਲਿਆਂ ਵਿੱਚ ਕਮੀ ਦੇ ਕਾਰਨ ਚਾਲਕ ਦਲ ਦੇ ਮੈਂਬਰਾਂ ਲਈ ਇੱਕ ਪੂਰੀ ਪੀਪੀਈ ਕਿੱਟ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਕੀਤੀ ਗਈ ਪੈਟ ਡਾਊਨ ਤਲਾਸ਼ੀ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਹਵਾਈ ਅੱਡੇ ਜਾਂ ਜਹਾਜ਼ ਵਿੱਚ ਮਾਸਕ ਪੈਣਾ ਲਾਜ਼ਮੀ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਡੀਜੀਸੀਏ ਨੇ ਵੱਧਦੇ ਕਰੋਨਾ ਮਾਮਲਿਆਂ ਨੂੰ ਰੋਕਣ ਲਈ 23 ਮਾਰਚ 2020 ਤੋਂ ਭਾਰਤ ਤੋਂ ਅੰਤਰਰਾਸ਼ਟਰੀ ਵਪਾਰਕ ਯਾਤਰੀ 에ਅਰਲਾਈਨਸ ਦੇ ਸੰਚਾਲਨ ਨੂੰ ਮੁਅਤਲ ਕਰ ਦਿੱਤਾ ਹੈ ਪਰ ਹੁਣ ਠੀਕਾ ਕਰਨ ਪ੍ਰੋਗਰਾਮ ਵਿੱਚ ਤੇਜ਼ੀ ਅਤੇ ਕਰੋਨਾ ਦੇ ਮਾਮਲਿਆਂ ਵਿੱਚ ਆਈ ਗਿਰਾਵਟ ਤੋਂ ਬਾਅਦ ਸਰਕਾਰ ਨੇ ਅੰਤਰਰਾਸ਼ਟਰੀ 에ਅਰਲਾਈਨ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਰੂਸ ਅਤੇ ਯੂਕਰੇਨ ਦਰਮਿਆਨ ਛਿੜੀ جنگ ਦਾ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ ਕੱਚੇ ਤੇਲ ਇਲੈਕਟ੍ਰਿਕ ਉਤਪਾਦ ਤੋਂ ਬਾਅਦ ਹੁਣ ਖਾਦਾਂ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ ਸਪਲਾਈ ਪ੍ਰਭਾਵਿਤ ਹੋਣ ਕਾਰਨ ਖਾਦਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ ਜੋ ਕਿਸਾਨਾਂ ਲਈ ਵੱਡਾ ਝਟਕਾ ਹੈ ਰੂਸ ਦੁਨੀਆ ਦਾ ਇੱਕ ਪ੍ਰਮੁੱਖ ਫਰਟੀਲਾਈਜ਼ਰ ਹੈ ਯੂਕਰੇਨ ਨਾਲ جنگ ਕਾਰਨ ਰੂਸ ਤੇ ਆਰਥਿਕ ਬੰਦੀਆਂ ਲਗਾਈਆਂ ਜਾ ਰਹੀਆਂ ਨੇ ਜਿਸ ਕਾਰਨ ਖਾਦਾਂ ਦੀ ਸਪਲਾਈ ਪਰ ਬাবਿਤ ਹੋ ਰਹੀ ਹੈ ਜਾਣਕਾਰ ਦੱਸਦੇ ਨੇ ਕਿ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਖਾਦ ਦੀਆਂ ਕੀਮਤਾਂ ਚ 10 ਫੀਸਦੀ ਤੋਂ ਜ਼ਿਆਦਾ ਵਾਧਾ ਹੋ ਚੁੱਕਾ ਹੈ ਸੂਤਰਾਂ ਮੁਤਾਬਕ ਖਾਦਾਂ ਦੇ ਵੱਡੇ ਸਪਲਾਈਅਰ ਮਾਲਿਕ ਨਿਆੰਗ ਦੱਸਦੇ ਨੇ ਕਿ ਪਿਛਲੇ 10 ਸਾਲਾਂ ਦੇ ਕਾਰੋਬਾਰ ਦੌਰਾਨ ਉਹਨਾਂ ਦੇ ਕਦੀ ਵੀ ਇੰਨਾ ਵੱਡਾ ਸਪਲਾਈ ਸੰਕਟ ਨਹੀਂ ਦੇਖਿਆ ਉਹ ਦੱਸਦੇ ਨੇ ਕਿ ਜਦੋਂ ਤੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੈ ਸ਼ਿਪਿੰਗ ਕੰਪਨੀਆਂ ਨੇ ਰੂਸ ਦੇ ਸੇਂਟ ਪੀਟਰਸਬਰਗ 'ਚ ਆਪਣਾ ਮਾਲ ਇਕੱਠਾ ਨਹੀਂ ਕੀਤਾ ਇਸ ਤੋਂ ਇਲਾਵਾ ਰੂਸ ਕੇ ਲਾਗ ਵਿੱਤੀ پابੰਦੀਆਂ ਕਾਰਨ ਰੂਸ ਤੋਂ ਖਾਦ ਬਰਾਮਦ ਤੇਜ਼ੀ ਨਾਲ ਡਿੱਗ ਗਈ ਹੈ ਨਿਆੰਗ ਨੇ ਸੇਨੇਗਲ ਅਤੇ ਮੁਰਕੋ ਵਰਗੀਆਂ ਹੋਰ ਥਾਵਾਂ ਤੇ ਵਿਕਰੇਤਾਵਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਸਾਲ ਦੇ ਅਖੀਰ ਤੱਕ ਉਹਨਾਂ ਦੀਆਂ ਆਰਡਰ ਬੁਕਸ ਭਰੀਆਂ ਹੋਈਆਂ ਨੇ ਖਾਦ ਦੇ ਉਤਪਾਦਨ ਵਿੱਚ ਪੋਟਾਸ਼ ਦੀ ਇੱਕ ਵੱਡੀ ਭੂਮਿਕਾ ਹੈ ਭਾਰਤ ਵਿੱਚ ਵੱਡੀ ਮਾਤਰਾ ਵਿੱਚ ਪੋਟਾਸ਼ੀ ਦੀ ਤਰਾਂਮਤ ਕਰਦਾ ਹੈ ਰੂਸ ਯੂਕਰੇਨ ਅਤੇ ਬੈਲਾਰੂਸ ਪੋਟਾਸ਼ ਦੇ ਸਭ ਤੋਂ ਵੱਡੇ ਬਰਾਮਦਕਾਰ ਨੇ ਜੰਗ ਕਰਨ ਇਹਨਾਂ ਦੇਸ਼ਾਂ ਤੋਂ ਪੋਟਾਸ਼ ਦੀ ਸਪਲਾਈ ਠੱਪ ਪਈ ਹੈ ਭਾਰਤ ਆਪਣੀ ਖੇਲ ਖਾਦ ਦਾ ਮੱਦ ਦਾ 10-12% ਦਾ ਹਿੱਸਾ ਰੂਸ ਯੂਕਰੇਨ ਅਤੇ ਬੈਲਾਰੂਸ ਤੋਂ ਮੰਗਵਾਉਂਦਾ ਹੈ ਜਾਣਕਾਰ ਦੱਸਦੇ ਨੇ ਕਿ ਚਾਲੂ ਵਿੱਤੀ ਸਾਲ ਵਿੱਚ ਪੋਟਾਸ਼ ਦੀ ਤਰਾਂਮਤ ਕਰੀਬ 280 ਡਾਲਰ ਪ੍ਰਤੀ ਮੀਟ੍ਰਿਕ ਟਨ ਦੇ ਰੇਟ ਤੇ ਕੀਤੀ ਜਾ ਰਹੀ ਹੈ ਪਰ ਹੁਣ ਇਹ ਪਾ ਕਾਫੀ ਵੱਧ ਗਿਆ ਜਿਸ ਦਾ ਸਿੱਧਾ ਅਸਰ ਕਿਸਾਨਾਂ ਤੇ ਪਵੇਗਾ 모ਹਾਲੀ ਵਿਖੇ ਅੱਜ ਪੰਜਾਬ பாஜக ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੌਰਾਨ ਪਾਰਟੀ ਨੂੰ 6.6 ਫੀਸਦੀ ਵੋਟਾਂ ਪਈਆਂ ਨੇ ਚੋਣਾਂ ਨੂੰ ਲੈ ਕੇ ਫੀਡਬੈਕ ਲਈ ਜਾ ਰਹੀ ਹੈ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਪੂਰੀ ਹਿੰਮਤ ਦੇ ਨਾਲ ਚੋਣਾਂ ਲੜੀਆਂ ਨੇ ਪਾਰਟੀ ਵੱਲੋਂ ਪਹਿਲੀ ਵਾਰ ਪੰਜਾਬ ਵਿੱਚ 73 ਸੀਟਾਂ ਤੇ ਚੋਣਾਂ ਲੜੀਆਂ ਗਈਆਂ ਨੇ ਅਤੇ 10,33,000 ਲੋਕਾਂ ਨੇ பாஜக ਨੂੰ ਵੋਟਾਂ ਪਾਈਆਂ ਜੋ ਕਿ 10% ਤੋਂ ਵੀ ਉੱਪਰ ਹੈ ਉਹਨਾਂ ਕਿਹਾ ਕਿ ਜੇਕਰ ਇਸ ਨੂੰ 117 'ਚ ਕਨਵਰਟ ਕੀਤਾ ਜਾਂਦਾ ਤਾਂ ਪਾਰਟੀ ਨੂੰ 6.6% ਦੀ ਵੋਟਾਂ ਪਈਆਂ ਨੇ ਜਨਤਾ ਨੇ ਸਾਨੂੰ ਪਹਿਰੇਦਾਰ ਦੀ ਭੂਮਿਕਾ ਦਿੱਤੀ ਹੈ ਜੋ ਭੂਮਿਕਾ ਪੰਜਾਬ ਦੇ ਲੋਕਾਂ ਨੇ ਸਾਨੂੰ ਦਿੱਤੀ ਉਹ ਅਸੀਂ ਨਿਭਾਵਾਂਗੇ ਵਰਕਰਾਂ ਨਾਲ ਗੱਲਬਾਤ ਦਾ سلسلہ ਜਾਰੀ ਰਹੇਗਾ ਵਿਰੋਧੀ ਧਿਰ ਸਕਾਰਾਤਮਕ ਭੂਮਿਕਾ ਨਿਭਾਵਾਂਗੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਡੇ ਤੰਜ਼ ਕੱਸਦੇ ਹੋਏ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਦੇ 6 ਗਰੰਟੀਆਂ ਮੁੱਖ ਨੇ ਜਿਸ ਨੂੰ ਪੂਰਾ ਕੀਤਾ ਜਾਵੇ ਸਰਕਾਰ ਨੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਨੇ ਉਹਨਾਂ ਤੇ ਭਾਜਪਾ ਦੀ ਨਜ਼ਰ ਰਹੇਗੀ ਅਤੇ ਪੈਰਾ ਦੇਵੇਗੀ ਅੱਗੋਂ ਬੋਲਦੇ ਹੋਏ ਉਹਨਾਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਸ਼ਟਾਚਾਰ ਦੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਅਤੇ ਪੈਕੇਜ ਦੀ ਮੰਗ ਕੀਤੀ ਹੈ ਉਸ ਤੋਂ ਸ਼ੰਕਾ ਪੈਦਾ ਹੋ ਰਹੀ ਹੈ ਕਿ ਕਿਤੇ ਇਹ ਗਰੰਟੀਆਂ ਤੋਂ ਭੱਜਣ ਲਈ ਰਸਤਾ ਤਾਂ ਨਹੀਂ ਲੱਭ ਰਹੇ ਜੇਕਰ ਰਸਤਾ ਲੱਭ ਰਹੇ ਨੇ ਤਾਂ ਇਹ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋਵੇਗਾ ਉਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਅੰਮ੍ਰਿਤਸਰ ਵਿਖੇ ਆਪ ਵੱਲੋਂ ਕੀਤੇ ਗਏ ਰੋਡ ਸ਼ੋਅ ਦੌਰਾਨ ਸਰਕਾਰੀ ਪੈਸੇ ਦੀ ਵਰਤੋਂ ਕਿਵੇਂ ਕੀਤੀ ਗਈ ਜਿਸ ਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਵੇਂ ਰਾਜ ਸਭਾ ਵਿੱਚ ਆਪਣੇ ਉਮੀਦਵਾਰ ਭੇਜੇ ਗਏ ਨੇ ਇਸ ਨਾਲ ਪੰਜਾਬੀਆਂ ਦਾ ਮਨ ਟੁੱਟਿਆ ਜੇਲ ਵਿਭਾਗ ਮਿਲਣ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਐਕਸ਼ਨ ਵਿੱਚ ਆ ਗਏ ਨੇ ਇਸ ਦੇ ਚੱਲਦੇ ਅੱਜ ਜੇਲ ਮੰਤਰੀ ਵੱਲੋਂ ਪਟਿਆਲਾ ਜੇਲ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਇਥੇ ਇਹ ਵੀ ਖਾਸ ਤੌਰ ਤੇ ਦੱਸਣਯੋਗ ਹੈ ਕਿ ਡਰੱਗ ਮਾਮਲੇ ਵਿੱਚ ਫਸੇ ਸਾਭ ਦਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਐਸਜੀਐਲ ਵਿੱਚ ਬੰਦ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਇਆ ਕਲਪ ਲਈ ਭਗਵੰਤ ਮਾਨ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ 3 ਮਹੀਨਿਆਂ ਵਿੱਚ ਪੰਜਾਬ ਦੀਆਂ ਜੇਲਾਂ 'ਚ ਵੱਡੇ ਸੁਧਾਰ ਕੀਤੇ ਜਾਣਗੇ ਬੈਂਸ ਨੇ ਕਿਹਾ ਕਿ ਆਉਂਦੇ 3 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਦੀਆਂ ਜੇਲਾਂ ਵਿੱਚ ਆਧੁਨਿਕ ਅਤੇ ਬਿਹਤਰ ਤਕਨੀਕਾਂ ਵਰਤ ਕੇ ਫੋਨ ਕਲਚਰ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੰਦਿਆਂ ਜੇਲ੍ਹ ਦੀ ਸੁਰੱਖਿਆ ਨੂੰ ਹਰ ਪੱਖੋਂ ਹੋਰ ਸਖਤ ਕਰਨ ਸਮੇਤ ਜੇਲ੍ਹ ਚ ਬੰਦ ਹਰੇਕ ਬੰਦੀ ਨਾਲ ਕਾਨੂੰਨ ਮੁਤਾਬਕ ਇੱਕੋ ਜਿਹਾ ਵਰਤ ਾਅ ਕਰਨ ਦੀ ਸਖਤ ਹਦਾਇਤ ਵੀ ਦਿੱਤੀ ਜੇਲ੍ਹ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸੂਬੇ ਦੀਆਂ ਜੇਲਾਂ ਨੂੰ ਹਰ ਪੱਖੋਂ ਸੁਰੱਖਿਅਤ ਕੀਤਾ ਜਾਵੇ ਅਤੇ ਹੁਣ ਜੇਲਾਂ ਵਿੱਚ ਫੋਨ ਨਹੀਂ ਬਲਕਿ ਸਕੂਨ ਹੀ ਆਵੇਗਾ ਜਿਵੇਂ ਤੁਹਾਨੂੰ ਪਤਾ ਹੈ ਕਿ ਨਵੀਂ ਸਰਕਾਰ ਪੰਜਾਬ ਮਾਈਕਮ ਆ ਗਿਆ ਆਵਾਜ਼ ਇਹ ਪੰਜਾਬ ਨੇ ਇੱਕ ਬਹੁਤ ਵੱਡਾ ਭਰੋਸਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਤੇ ਦਿਖਾਇਆ ਕਿ ਪਿਛਲੇ ਸਮੇਂ ਚ ਆਪਾਂ ਦੇਖਿਆ ਕਿ ਜਿਹੜਾ ਗੈਂਗਸਟਰ ਕਲਚਰ ਪਨ ਪਿਆ ਗਾਣੇ ਬਣੇ ਕਿ ਜੇਲ੍ਹਾਂ ਚੋਂ ਫੋਨ ਆਣਗੇ ਜੇਲ੍ਹਾਂ ਤੋਂ ਹੀ ਕ੍ਰਾਈਮ ਚੱਲਦੇ ਰਹੇ ਵੱਡੇ ਵੱਡੇ ਜਿਹੜੀ ਹੋਏ ਆ ਉਹ ਜਿਹਨਾਂ ਤੋਂ ਹੋਈਆਂ ਮੂਵਮੈਂਟ ਤੇ ਬੜੀ ਵੱਡੀ ਜ਼ਿੰਮੇਵਾਰੀ ਮੇਰੇ ਨੌਜਵਾਨ ਕੰਦਿਆਂ ਤੇ ਪਈ ਸੀ ਜਿਸ ਦਿਨ ਪਹਿਲੇ ਦਿਨ ਹੀ ਚਾਰਜ ਸੰਭਿਆ ਸਾਰੀ ਟੀਮ ਦੇ ਨਾਲ ਮਿਲ ਕੇ ਅਸੀਂ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਅੱਜ ਇੱਕ ਅਰਜੈਂਟ ਚੈਕਿੰਗ ਸੀ ਜੇਲ੍ਹ ਦੀ ਜੀ ਕਿਉਂਕਿ ਪਟਿਆਲਾ ਜੇਲ੍ਹ ਵੱਡੀ ਜੇਲ੍ਹ ਹੈ ਪੰਜਾਬ ਦੀ ਪੁਰਾਣੀ ਜੇਲ੍ਹ ਹੈ ਤੇ ਇਹਨਾਂ ਸ਼ੋਰ ਕੀਤਾ ਗਿਆ ਕਿ ਜਿਹੜੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਫੋਨ ਹੈ ਅਸੀਂ ਅਗਲੇ 3 ਮਹੀਨੇ ਚ ਬੈਸਟ ਟੈਕਨੋਲੋਜੀ ਲੈ ਕੇ ਆਵਾਂਗੇ ਤੇ ਹੁਣ ਜੇਲ੍ਹਾਂ ਚੋਂ ਫੋਨ ਨਹੀਂ ਜੇਲ੍ਹਾਂ ਚੋਂ ਸਕੂਨ ਆਇਆ ਕਰੂਗਾ ਇਸ ਆਮ ਆਦਮੀ ਪਾਰਟੀ ਇਹ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਮੇਰੇ ਸਰ ਦਾ ਕਲੀਅਰ ਆਰਡਰ ਹੈ ਕਿ ਪੰਜਾਬ ਦੀਆਂ ਜੇਲਾਂ ਨੂੰ ਸੇਫ ਕਰਨਾ ਪੰਜਾਬ ਦੀਆਂ ਜੇਨਾਂ ਚੋਂ ਜਿਹੜਾ ਇਹ ਫੋਨ ਕਲਚਰ ਹੈ ਇਸ ਨੂੰ ਹਰ ਕੀਮਤ ਤੇ ਬੰਦ ਕਰਨਾ ਲੇਟੈਸਟ ਟੈਕਨੋਲੋਜੀ ਲੈ ਕੇ ਆਵਾਂਗੇ ਤੇ ਪੰਜਾਬ ਦੀਆਂ ਜੇਲਾਂ ਨੂੰ ਸੇਫ ਕਰਾਂਗੇ ਅਸੀਂ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਸਾਰੇ ਜਿਹੜੇ ਸਾਡੇ ਸਬੰਧਿਤ ਵਿਭਾਗ ਦੇ ਅਧਿਕਾਰੀ ਇਹਨਾਂ ਨੂੰ ਵੀ ਮਿਲਿਆ ਇਹਨਾਂ ਦੀ ਵੀ ਕੁਝ ਤਕਲੀਫਾਂ ਨੇ ਜੋ ਪਿਛਲੀ ਸਰਕਾਰ ਨੇ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਭਰਤੀਆਂ ਨਹੀਂ ਕੀਤੀਆਂ ਕੁਝ ਕੁਝ ਵੀ ਨਹੀਂ ਕੀਤਾ ਗਿਆ ਜਿਹਦੇ ਕਰਕੇ ਜੇਲ੍ਹਾਂ ਦਾ ਜਿਹੜਾ ਹੈ ਬਹੁਤ ਮਾੜਾ ਹਾਲ ਹੋ ਗਿਆ ਜੋ ਵੀ ਇਹਨਾਂ ਨੇ ਦੱਸੀਆਂ ਆਪਣੀਆਂ ਜੋ ਜੋ ਡਿਮਾਂਡਸ ਹੈ ਸਾਰੇ ਜੇਲ੍ਹ ਡਿਪਾਰਟਮੈਂਟ ਦੀਆਂ ਉਸ ਨੂੰ ਮੈਂ ਨੋਟ ਕੀਤਾ ਤੇ ਬਹੁਤ ਜਲਦ ਫਿਰ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਲੀਅਰ ਨਿਰਦੇਸ਼ ਹੈ ਕਿ ਜੇਲ੍ਹ ਡਿਪਾਰਟਮੈਂਟ ਨੂੰ ਜੋ ਜੋ ਚਾਹੀਦਾ ਉਹ ਮੁਹੱਈਆ ਕਰਾਇਆ ਜਾਊਗਾ ਪਰ ਪੰਜਾਬ ਦੀਆਂ ਜੇਲਾਂ ਨੂੰ ਸੁਰੱਖਿਅਤ ਤੇ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਜਿਹੜਾ ਫੋਨ ਕਲਚਰ ਉਹ ਬੰਦ ਕਰਕੇ ਜਿਹੜਾ ਪੰਜਾਬ ਦੀਆਂ ਜੇਲਾਂ ਨੂੰ ਸਕੂਨ ਆਊਗਾ ਹੋਰ ਬੈ ਤੁਹਾਨੂੰ ਦੱਸ ਦਮਾ ਜੀ ਕਿਸੇ ਦੇ ਨਾਲ ਵੀ ਕੋਈ ਰਹਿਮ ਨਹੀਂ ਵਰਤੇਗਾ ਉਹਦਾ ਕੋਈ ਵੀ ਜੇਲ੍ਹ ਅਫੀਸ਼ਰ ਜਿਹੜਾ ਦੋਸ਼ੀ ਪਾਇਆ ਗਿਆ ਕਿਸੇ ਵੀ ਰੇਵੀ ਇੱਥੇ ਤੁਹਾਨੂੰ ਪਤਾ ਹੈ ਕਿ ਹੋਰ ਵੀ ਮੈਨੂੰ ਕਈ ਐਡਾ ਨੀ ਕੰਪਲੇਂਟਾਂ ਆਈਆਂ ਸੀ ਕਿ ਵੀਆਈਪੀ ਟ੍ਰੀਟਮੈਂਟ ਵਿਕਰਮ ਮਜੀਠੀਆ ਨੂੰ ਦਿੱਤਾ ਜਾ ਰਿਹਾ ਹੈ ਕਲੀਅਰ ਇਨਸਟਰਕਸ਼ਨ ਦਿੱਤੇ ਗਏ ਆ ਕਿਸੇ ਨਾਲ ਕੋਈ ਵੈਰ ਨਹੀਂ ਤੇ ਪਰ ਕਿਸੇ ਨਾਲ ਕੋਈ ਪਿਆਰ ਵੀ ਨਹੀਂ ਕਿਸੇ ਨੂੰ ਕੋਈ ਪੋਲਿਟੀਕਲ ਪੈਟਰਨੇਜ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਕੋਈ ਵੀ ਆਫੀਸਰ ਗਿਲਟੀ ਪਾਇਆ ਗਿਆ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਕਲੀਅਰ ਇਨਸਟਰਕਸ਼ਨਸ ਹੈ ਕੋਈ ਸੈਕੰਡ ਵਾਰਨਿੰਗ ਨਹੀਂ ਹੀ ਵਿਲ ਬੀ ਹੀ অর ਸ਼ੀ ਵਿਲ ਬੀ ਸਸਪੈਂਡਡ ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਇੱਕ ਪੈਨਸ਼ਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ ਇਸ ਬਾਰੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪਹਿਲਾਂ ਵੀ ਇੱਕ ਵੀ ਪੈਨਸ਼ਨ ਮਿਲਦੀ ਸੀ ਸਿਰਫ ਅਗੋਂ ਇਨਕ੍ਰੀਮੈਂਟ ਮਿਲਦੇ ਸਨ ਉਹਨਾਂ ਕਿਹਾ ਕਿ ਅਜੇ ਹੱਕ ਕਦੇ ਨਹੀਂ ਹੋਇਆ ਕਿ ਜੇਕਰ ਕੋਈ ਪੰਜ ਵਾਰ ਵਿਧਾਇਕ ਬਣਿਆ ਤਾਂ ਉਸ ਨੂੰ ਪੰਜ ਪੈਨਸ਼ਨਾਂ ਮਿਲਦੀਆਂ ਹੋਣ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਇਨਕ੍ਰੀਮੈਂਟ ਬੰਦ ਕੀਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਨੇ। ਉਹਨਾਂ ਕਿਹਾ ਕਿ ਇੱਕ ਵਿਧਾਇਕ ਪੰਜਾਬ ਦੇ ਲੋਕਾਂ ਕੋਲ 24 ਘੰਟੇ ਮੌਜੂਦ ਰਹਿੰਦਾ ਹੈ ਅਤੇ ਉਸ ਦੇ ਦਫ਼ਤਰ ਦਾ ਖਰਚਾ ਹੀ ਇੰਨਾ ਹੋ ਜਾਂਦਾ ਹੈ ਕਿ ਅਤੇ ਸਿਰਫ 60-80 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਉਸ ਨੇ ਆਪਣਾ ਘਰ ਵੀ ਚਲਾਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਵਿਧਾਇਕਾਂ ਨੂੰ ਸਾਰਾ ਦਿਨ ਕੰਮ ਕਰਨਾ ਹੈ ਅਤੇ ਜੇਕਰ ਕਿਸੇ ਵਿਧਾਇਕ ਕੋਲ ਪੈਸੇ ਨਹੀਂ ਹੋਣਗੇ ਤਾਂ ਉਹ ਭ੍ਰਸ਼ਟਾਚਾਰ ਕਰੇਗਾ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਬੁਰਾਈ ਨਹੀਂ ਕਿ ਵਿਧਾਇਕ ਦੀ ਤਨਖਾਹ ਵਧ ਚਾਹੀਦੀ ਹੈ ਅਤੇ ਉਸ ਨੂੰ ਪੈਨਸ਼ਨ ਵੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਹ ਗੱਲ ਕਹਿ ਕੇ ਗੁੰਮਰਾ ਕੀਤਾ ਕਿ ਜੇਕਰ ਕੋਈ ਪੰਜ ਵਾਰ ਵਿਧਾਇਕ ਬਣ ਗਿਆ ਤਾਂ ਉਹ ਪੰਜ ਪੈਨਸ਼ਨਾਂ ਲੈਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਜੋਂ ਜਿਹੜਾ ਇਨਕ੍ਰੀਮੈਂਟ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਉਹ ਉਸ ਨਾਲ ਸਹਿਮਤ ਨਹੀਂ ਹਨ। ਦੇਖੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਇੱਕ ਪੈਨਸ਼ਨ ਹੀ ਮਿਲਦੀ ਐ ਸਿਰਫ ਅੱਗੇ ਇਨਕਰੀਮੈਂਟ ਹੁੰਦੇ ਨੇ ਇਨਕਰੀਮੈਂਟ ਮਿਲਦੇ ਨੇ ਕਦੇ ਵੀ ਜੇ ਕੋਈ ਪੰਜ ਵਾਰੀ ਐਮਐਲਏ ਬਣਿਆ ਤਾਂ ਉਹਨੂੰ ਪੰਜ ਪੈਨਸ਼ਨਾਂ ਨਹੀਂ ਮਿਲਦੀਆਂ ਸਿਰਫ ਇਨਕਰੀਮੈਂਟ ਮਿਲਦੇ ਐ ਇਹਨਾਂ ਨੇ ਭਗਵੰਤ ਮਾਨ ਨੇ ਸਿਰਫ ਜਿਹੜਾ ਇਨਕਰੀਮੈਂਟ ਸੀ ਇਨਕਰੀਸ ਸੀ ਕੁਝ ਪਰਸੈਂਟੇਜ ਸਿਰਫ ਉਹ ਬੰਦ ਕੀਤੀ ਐ ਪਹਿਲੀ ਗੱਲ ਤਾਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਸ਼੍ਰੀ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣ ਬਣੇ ਸੀ ਆ ਸਾਡੇ ਕੋਲੇ ਡਾਟਾ ਅਵੇਲੇਬਲ ਹੈ ਆਮ ਆਦਮੀ ਪਾਰਟੀ ਦੀ ਸੈਲਰੀ 54000 ਰੁਪਏ ਸੀ ਉਸ ਟਾਈਟ ਟੋਟਲ ਅਮਾਲੂਮੈਂਟਸ ਤੇ ਹੁਣ 90000 ਹੈ ਪੰਜਾਬ ਦੇ ਨਾਲੋਂ ਹਾਲੇ ਵੀ 105000 ਰੁਪਿਆ ਦਿੱਲੀ ਦੇ ਐਮ ਐਲ ਏ ਦੀ ਸੈਲਰੀ ਵਧਾ ਲੇਕਿਨ ਦਸੰਬਰ 2015 ਦੇ ਵਿੱਚ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 210000 ਰੁਪਿਆ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਜਿਹੜੀ ਸੈਲਰੀ ਆ ਹੋਣੀ ਚਾਹੀਦੀ ਆ ਮੈਂ ਬਿਲਕੁਲ ਇਹ ਕਹਿਣਾ ਜੋ ਕੇਜਰੀਵਾਲ ਨੇ ਦਸੰਬਰ 2015 ਚ ਫੈਸਲਾ ਕੀਤਾ ਸੀ ਐਮਐਲਏ ਦੀਆਂ ਤਨਖਾਹਾਂ ਵਧਾਉਣ ਦਾ 2 ਲੱਖ 1000 ਰੁਪਿਆ ਉਹ ਹੋਣਾ ਚਾਹੀਦਾ ਬੇਸ਼ੱਕ ਇਹ ਆਮ ਆਦਮੀ ਪਾਰਟੀ ਦੇ ਸਿਰਫ ਜਿਹੜੇ ਉਹ ਉੱਪਰ ਉੱਪਰ ਵਾਲੇ ਕਹਿ ਲੋ ਲੋਕਾਂ ਨੂੰ ਸ਼ਾਇਦ ਇਹ ਗੱਲ ਨਾ ਚੱ체 ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਇੱਕ ਐਮਐਲਏ 24 ਘੰਟੇ ਤੁਹਾਡੇ ਕੋਲ ਅਵੇਲੇਬਲ ਆ ਉਹਦੇ ਦਫਤਰ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਂਦਾ 54000 ਨਾਲ 60000 ਨਾਲ 80000 ਨਾਲ ਗੁਜ਼ਾਰਾ ਨਹੀਂ ਹੋ ਸਕਦਾ ਉਹਨੇ ਆਪਣੇ ਬੱਚੇ ਵੀ ਪਾਲਣੇ ਨੇ ਜੇ ਤੁਸੀਂ ਕੱਲੀ ਕਹਿ ਦਿਓ ਵੀ ਸੇਵਾ ਹੀ ਐ ਫਿਰ ਤਾਂ ਸਾਰੇ ਹਿੰਦੁਸਤਾਨ ਚ ਬੰਦ ਕਰ ਦਿਓ ਫਿਰ ਸਾਰੇ ਬਰਾਬਰ ਕਰ ਦਿਓ ਫਿਰ ਬੋਲੇ ਪ੍ਰਕਾਸ਼ ਸਿੰਘ ਬਾਦਲ ਜੇਕਰ ਅਜਿਹਾ ਹੋਇਆ ਤਾਂ ਪੰਥ ਦੀਆਂ ਪੁਰਾਤਨ ਰਿਵਾਇਤਾਂ ਹੋ ਜਾਣਗੀਆਂ ਖਤਮ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫਿਰ ਲੰਬੀ ਵਿਧਾਨ ਸਭਾ ਹਲਕੇ ਦੇ ਵਕ-ਵਕ ਪਿੰਡਾਂ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਲੋਕਾਂ ਦਾ ਸਾਥ ਦੇਣ ਤੇ ਧੰਨਵਾਦ ਕੀਤਾ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਲੰਬੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠ ਜੋੜ ਦੇ ਉਮੀਦਵਾਰ ਸਨ ਅਤੇ ਉਹ ਚੋਣ ਹਾਰ ਗਏ ਸਨ ਅੱਜ ਲੋਕਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਉਹਨਾਂ ਨੇ ਪੰਜਾਬ ਦੇ ਵਕ-ਵਕ ਮੁੱਦਿਆਂ ਤੇ ਗੱਲ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਵਰਣਨ ਕੀਤਾ ਉੱਥੇ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਰੋਧੀ ਧਿਰ ਹੁਣ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਅਤੇ ਲੋਕ ਇਸ ਗੱਲ ਤੋਂ ਸੁਚੇਤ ਰਹਿਣ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਰੋਧੀ ਧਿਰ ਦੇ ਕਿ ਹਜ਼ੂਰ ਸਾਹਿਬ ਅਤੇ ਦਿੱਲੀ ਦੇ ਗੁਰਦੁਆਰੇ ਸਹਿਬਾਨ ਦੇ ਉੱਤੇ ਕਬਜ਼ੇ ਹੋ ਚੁੱਕੇ ਨੇ ਹੁਣ ਚਾਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹ ਗੁਰਦੁਆਰਾ ਸਹਿਬਾਨ ਦੇ ਕਾਬਜ਼ ਹੋ ਜਾਣ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਹਿਬਾਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚਾਹੇ ਕਿਸੇ ਵੀ ਸਮੇਂ ਆਉਣ ਲੋਕਾਂ ਉਹਨਾਂ ਨੂੰ ਵੋਟ ਨਾ ਪਾਉਣ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗੇ ਗਏ ਪੰਜਾਬ ਲਈ ਵਿਸ਼ੇਸ਼ ਪੈਕੇਜ ਦੇ ਕਿਹਾ ਕਿ ਪੰਜਾਬ ਨੂੰ ਵੱਧ ਤੋਂ ਵੱਧ ਮਦਦ ਮਿਲਣੀ ਚਾਹੀਦੀ ਹੈ ਕਿਸਾਨਾਂ ਵੱਲੋਂ ਅਜੇ ਸਮੇਂ ਵੀ ਆਪਣਾ ਸੰਘਰਸ਼ ਜਾਰੀ ਰੱਖ ਰਹੇ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਅਜੇ ਤੱਕ ਮੰਗਾਂ ਨਹੀਂ ਮੰਨਣੀਆਂ ਅਤੇ ਇਹ ਮੰਗਾ ਕੇਂਦਰ ਨੂੰ ਮੰਨ ਲੈਣੀ ਚਾਹੀਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅੰ계ਹਾ ਕਿ ਗੁਰਦੁਆਰਾ ਸਹਿਬਾਨ ਤੇ ਵਿਰੋਧੀ ਤਿਰਾਂ ਕਾਬਜ਼ ਹੋਣਾ ਚਾਹੁੰਦੀਆਂ ਨੇ ਅਤੇ ਜੇਕਰ ਅਜਿਹਾ ਹੁੰਦਾ ਤਾਂ ਸਿੱਖ ਪੰਥ ਦੀਆਂ ਪੁਰਾਤਨ ਰਿਵਾਇਤਾਂ ਦਾ ਇਹ ਤੇਰਾ ਖਾਤਮਾ ਕਰ ਦੇਣਗੀਆਂ ਵਰਨਨਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਸੰਬੋਧਨ ਦੌਰਾਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਵਿੱਖ ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਵਿਚਾਰ ਰੱਖਦੇ ਨਜ਼ਰ ਆਏ ਜੇ ਕੋਈ ਜੇ ਤਾਂ ਮੈਨੂੰ ਪਤਾ ਨਹੀਂ ਕਿੰਨੇ ਸੈਂਟਰ ਸਰਕਾਰ ਦੇ ਸਕਦੀ ਹੈ ਜਾਂ ਕਿਵੇਂ ਹੈ ਮੈਂ ਇਹ ਤੇ ਕੀ ਕਹਿ ਸਕਦਾ हूं और मैं हमेशा ही कहना कि पंजाब दी मदद करनी चाहिए ਕਿੰਨਾ ਕੁਝ ਦੇ ਸਕਦੇ ਹੈ ਨਹੀਂ ਦੇ ਸਕਦੇ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੋਣਾ ਹੈ और मैं भी कहना ਵੀ ਜੋ ਦੇ ਸਕਦੇ ਹੈ ਉਹ ਵੱਤ ਵੱਤ पंजाब दी मदद ਅੱਜ ਜਿਹੜਾ ਕਿਸਾਨ ਜਿਹੜਾ ਹੈਗਾ ਦੇਸ਼ ਦੇ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਹੈਗਾ ਵਾਅਦਾ ਖਿਲਾਫ ਇਹਨੂੰ ਲੈ ਕੇ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਧਰਨੇ ਤੇ ਉੱਪਰ ਕਰ ਰਹੇ ਨੇ ਦੇਖੋ ਅਜੇ ਕਿਸਾਨੀ ਮਸਲੇ ਹੱਲ ਨਹੀਂ ਹੋਏ ਬਹੁਤ ਸਾਰੀਆਂ ਜਿੰਸਾਂ ਦੇ ਐਮਐਸਪੀ ਕੀਤੀ ਹੈ ਉਹ ਐਮਐਸਪੀ ਤੇ ਨਹੀਂ ਵਿਕ ਰਹੇ ਐਮਐਸਪੀ ਦਾ ਵੀ ਪੱਕਾ ਫਾਇਦਾ ਨਹੀਂ ਕੀਤਾ ਅੱਗੇ ਵੀ ਇੰਨਾ ਚਿਰ ਕਿਸਾਨਾਂ ਨੇ ਵੱਡੇ ਧਰਨੇ ਲਾਇਆ ਹੈ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਤਾਂ ਦੇਖੋ ਕਿਸਾਨਾਂ ਦੇ ਖਾਤਰ ਬੀਬਾ ਹਰਸ਼ਮ੍ਰਿਤ ਕੌਰ ਨੇ ਅਸਤੀਫਾ ਵੀ ਦਿੱਤਾ ਔਰ ਸਿਰਫ ਦੋ ਵੋਟਾਂ ਜਿਹੜਾ ਕਾਨੂੰਨ ਬਣ ਲੱਗਿਆ ਪਈਆਂ ਇਹ ਖਰ ਸਮਰਧੀ 123 ਹੋਰ ਕਿਸੇ ਨੇ ਉਸ ਬਿਲ ਬਣ ਦੇ ਜੋ ਐਕਟ ਬਣਨਾ ਸੀ ਕਿਸੇ ਦੇ ਦੇਖੋ ਜੀ ਮੈਂ ਤਾਂ ਹੁਣ ਵੀ ਇੱਕ ਗਿਆ ਕਿ ਇਹ ਹੁਣ ਚਾਹੁੰਦੇ ਕਿਤੇ ਗੁਰਦੁਆਰਾ ਸਾਹਿਬਾਂ ਤੇ ਕਬਜ਼ਾ ਔਰ ਜੇ ਇੱਕ ਗੁਰਦੁਆਰਾ ਸਾਹਿਬਾਂ ਤੇ ਕਬਜ਼ਾ ਕਰ ਲੈਂਦੇ ਆ ਫਿਰ ਤਾਂ ਸਾਰਾ ਹੀ ਗੱਲ ਆਪਣੀ ਖਤਮ ਹੋਉਣਾ ਜੋ ਇਹ ਚਾਉਣਗੇ ਉਸ ਤਰ੍ਹਾਂ ਦੀ ਇਹ ਤਰ੍ਹਾਂ ਅਰਦਾਸ ਹੋਊਗੀ ਜੋ ਕਹਿਣਗੇ ਉਸ ਤਰ੍ਹਾਂ ਦਾ ਹੋਊਗਾ ਤੇ ਜਿਹੜੀਆਂ ਆਪਣੀਆਂ ਪੁਰਾਣੀਆਂ ਰਸਮਾਂ ਹਨ ਉਹ ਸਾਰੀਆਂ ਬਦਲ ਦੇਣੀਆਂ ਪੈਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਜਾਰੀ ਕੀਤੀ ਗਈ ਨੰਬਰ ਤੇ ਆਏ ਸ਼ਿਕਾਇਤ ਸਬੰਧੀ ਕਾਰਵਾਈ ਕਰਦੇ ਆ ਇੱਥੋਂ ਦੇ ਤਹਿਸੀਲ ਦਫ਼ਤਰ ਵਿੱਚ ਅੱਜ ਇੱਕ ਮੈਲਾ ਕਲਰਕ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਰਿਸ਼ਵਤ ਮੁਕਤ ਬਣਾਉਣ ਲਈ ਵਿੰਡੀ ਗਈ ਮੁਹਿੰਮ ਤਹਿਤ ਇਹ ਪਹਿਲੀ ਕਾਰਵਾਈ ਹੈ ਗ੍ਰਿਫਤਾਰ ਕੀਤੀ ਗਈ ਕਲਰਕ ਦੀ ਪਛਾਣ ਮੀਨੂ ਵੱਜੋ ਹੋਈ ਹੈ ਜੋ ਤਹਿਸੀਲ ਦਫਤਰ ਦੀ ਸੇਲ ਬ੍ਰਾਂਚ ਵਿੱਚ ਕੰਮ ਕਰਦੀ ਹੈ ਵਿਜੀਲੈਂਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਗੀ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਸ ਦੀ ਧੀ ਨੂੰ ਨੌਕਰੀ ਦਿਵਾਉਣ ਲਈ ਕਲਰਕ ਮੀਨੂ ਨੇ ਉਸ ਕੋਲ 3.5 ਲੱਖ ਰੁਪਏ ਦੀ ਮੰਗ ਕੀਤੀ ਸੀ ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਨੇ ਹੁਣ ਤੱਕ 4.80 ਲੱਖ ਰੁਪਏ ਦੇ ਦਿੱਤੇ ਸਨ ਜਿੰਨਾ ਵਿੱਚੋਂ ਕੁਝ ਪੈਸੇ ਉਸ ਨੇ ਬੈਂਕ ਖਾਤੇ ਵਿੱਚ ਪਾਇਆ ਸਨ ਅਤੇ ਕੁਝ ਨਗਦ ਫੜਾਇਆ ਸਨ ਸੁਰਿੰਦਰ ਨੇ 23 ਮਾਰਚ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਸੀ ਤੇ ਮੁੱਖ ਮੰਤਰੀ ਦਫ਼ਤਰ ਨੇ ਸ਼ਿਕਾਇਤ ਤੇ ਕਾਰਵਾਈ ਕਰਨ ਲਈ 24 ਮਾਰਚ ਨੂੰ ਜਲੰਧਰ ਵਿਜੀਲੈਂਸ ਦੇ ਦਫ਼ਤਰ ਨੂੰ ਸੂਚਿਤ ਕੀਤਾ ਸੀ ਜਾਣਕਾਰੀ ਅਨੁਸਾਰ ਮੋਡਲੀ ਜਾਂਚ ਦੌਰਾਨ ਸਾਬਿਤ ਹੋਇਆ ਕਿ ਸੁਰਿੰਦਰ ਕੁਮਾਰ ਦੇ ਵੱਲੋਂ ਦਿੱਤੀ ਗਈ ਬੈਂਕ ਖਾਤਿਆਂ ਦੀ ਡਿਟੇਲ ਤੇ WhatsApp ਚੈਟ ਸਣੇ ਮੋਬਾਈਲ ਫੋਨ ਦੀ ਰਿਕਾਰਡਿੰਗ ਆਦ ਸਬੂਤ ਸੱਚੇ ਸਨ ਇਸ ਮਗਰੋਂ ਕਲਰਕ ਮੀਨੂ ਵਿਰੁੱਧ ਭ੍ਰਸ਼ਟਾਚਾਰ ਰੋਕੂ ਐਕਟ ਦੇ ਸੈਕਸ਼ਨ 7 ਤਹਿਤ ਕੇਸ ਦਰਜ ਕਰਕੇ ਉਸ ਨੂੰ ਨਾਇਕ ਹਿਰਾਸਤ ਵਿੱਚ ਪੇਜ ਦਿੱਤਾ ਗਿਆ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀਆਂ ਗ੍ਰਾਂਟਾਂ ਨੂੰ ਰੋਪਣ ਦੇ ਮਾਮਲੇ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਪ੍ਰਤਾਪ ਬਾਜਵਾ ਨੇ ਲਿਖਿਆ ਕਿ ਪਤਾ ਲੱਗਿਆ ਕਿ ਪੰਜਾਬ ਸਰਕਾਰ ਵੱਲੋਂ 300 ਦੇ ਕਰੀਬ ਪੰਚਾਇਤਾਂ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਨੂੰ ਰੋਕ ਦਿੱਤਾ ਗਿਆ ਹੈ ਰੋਕੀਆਂ ਗਈਆਂ 11 ਕਿਸਮਾਂ ਦੀਆਂ ਗ੍ਰਾਂਟਾਂ ਵਿੱਚ ਵਿਕਾਸ ਗ੍ਰਾਂਟ ਪਸ਼ੂ ਮੇਲਾ ਗ੍ਰਾਂਟ ਤਰਲ ਰਹਿਣ ਖੂਦ ਪ੍ਰਬੰਧਨ ਲਈ ਗ੍ਰਾਂਟਾਂ ਯਾਦਗਰੀ ਗੇਟਾਂ ਲਈ ਗ੍ਰਾਂਟਾਂ ਸ਼ਾਮਿਲ ਨੇ ਪ੍ਰਤਾਪ ਬਾਜਵਾ ਨੇ ਚਿੱਠੀ ਵਿੱਚ ਲਿਖਿਆ ਕਿ ਇਹ ਗ੍ਰਾਂਟਾਂ ਪਿੰਡਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ। ਰਾਸ਼ਟਰੀ ਸਵਰਾਜ ਅਭਿਆਨ ਜਾਂ ਪਿੰਡਾਂ ਵਿੱਚ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਅਧੀਨ ਵੀ ਗ੍ਰਾਂਟਾਂ ਰੋਕ ਦਿੱਤੀਆਂ ਗਈਆਂ ਨੇ। ਇਹਨਾਂ ਗ੍ਰਾਂਟਾਂ ਦੀ ਵੰਡ ਨੂੰ ਰੋਕਣ ਨਾਲ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਤੇ ਮਾੜਾ ਪ੍ਰਭਾਵ ਪਾਵੇਗਾ ਤੇ ਇਸ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਨੁਕਸਾਨ ਪਹੁੰਚੇਗਾ। ਪ੍ਰਤਾਪ ਬਾਜਵਾ ਨੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਗ੍ਰਾਂਟਾਂ ਨੂੰ ਰੋਕਣ ਦਾ ਕਾਰਨ ਪੁੱਛਿਆ। ਦਰਅਸਲ 'ਚ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਪਿਛਲੀ ਚੰਨੀ ਸਰਕਾਰ ਵੱਲੋਂ ਪੰਚਾਇਤੀ ਖਰਚਿਆਂ ਲਈ ਜਾਰੀ ਕੀਤੀਆਂ ਗ੍ਰਾਂਟਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਾ ਦਿੱਤੀ ਸੀ ਇਸ ਸਬੰਧੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਤਰਫੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਮੈਂ ਸ੍ਰੀ ਭਗਵੰਤ ਸਿੰਘ ਮਾਨ ਜੀ ਨੂੰ ਅੱਜ ਇੱਕ ਚਿੱਠੀ ਲਿਖੀ ਹੈ ਜਿਸ ਤੇ ਵਿੱਚ ਮੈਂ ਉਹਨਾਂ ਦੇ ਨੋਟਿਸ ਲੈਂਦਾ ਕੋਈ ਤਕਰੀਬਨ ਕੋ 300 ਪੰਚਾਇਤ ਹੈ ਜਿਨ੍ਹਾਂ ਨੂੰ ਪਿਛਲੀ ਕਾਂਗਰਸੀ ਸਰਕਾਰ ਨੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਫੰਡਸ ਦਿੱਤੇ ਸੀ ਨਵੀਂ ਸਰਕਾਰ ਆਈਏ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਕਿਉਂਕਿ ਤੁਹਾਡੀ ਸਰਕਾਰ ਨੇ ਬਦਲਾਅ ਦੀ ਗੱਲ ਕੀਤੀ ਇਹ ਗੱਲ ਕਹੀ ਕਿ ਅਸੀਂ ਨਵੀਂ ਰਾਜਨੀਤੀ ਲੈ ਕੇ ਆਵਾਂਗੇ ਜਿਹੜੀ ਬਦਲੀ ਖੋਰੀ ਤੂਤੇ ਹੋਏਗੀ ਜਿਹਦੇ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ ਹੋਏਗੀ ਪਰ ਆਂਦੇ ਹੀ ਤੁਸੀਂ ਰਵਾਇਤੀ ਪਾਰਟੀਆਂ ਜਿਸਾਂ ਕਿਸੇ ਟਾਈਮ ਕਰਦੀਆਂ ਹੁੰਦੀਆਂ ਸੀ ਨਵੀਂ ਸਰਕਾਰ ਬਣਨੀ ਪਿਛਲਾ ਦੇ ਕੰਮ ਰੋਕਦੇ ਨੇ ਇਹ ਨਾ ਕਰੋ ਇਹ ਚੰਗਾ ਨਹੀਂ ਲੱਗਦਾ ਲੋਕ ਤੇ ਤੁਹਾਡੇ ਤੋਂ ਉਮੀਦ ਕਰਦੇ ਨੇ ਕਿ ਤੁਸੀਂ ਕੋਈ ਲੋਕਾਂ ਨੂੰ ਤੋਹਫਾ ਦਿਓਗੇ ਕੋ 4 ਪੈਸੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਹਨਾਂ ਦੀ ਬਿਹਤਰੀ ਵਾਸਤੇ ਕਰ ਲੋਗੇ ਚਲੋ ਉਹ ਤੇ ਪਤਾ ਨਹੀਂ ਕਦੋਂ ਤੁਸੀਂ ਲੇਟਰ ਸਟੇਜ ਤੇ ਕਰ ਲੈਨੇ ਬਟ ਪਿਛਲੇ ਪੈਸੇ ਇੱਕ ਚੱਲਦਾ ਹੋਇਆ ਕੰਮ ਨਾਲੇ ਤੁਹਾਡਾ ਤੇ ਨੁਕਸਾਨ ਹੀ ਕੋਈ ਨਹੀਂ ਹੋਇਆ ਜਿਹੜਾ ਪਿੱਛੇ ਪੈਸਾ ਲੱਗਾ ਲੋਕਾਂ ਨੇ ਆਪਣੇ ਵਾਸਤੇ ਆਪਣੀ ਬਿਹਤਰੀ ਵਾਸਤੇ ਲਾਨ ਦੀ ਕੋਸ਼ਿਸ਼ ਕੀਤੀ ਏ ਉਹਦਾ ਰਿਜ਼ਲਟ ਵੀ ਤੁਹਾਡੇ ਹੱਕ ਚ ਹੀ ਨਿਕਲਿਆ ਤੇ ਤੁਸੀਂ ਇਹ ਤੁਹਾਨੂੰ ਰੋਕਣਾ ਨਹੀਂ ਚਾਹੀਦਾ ਇਹ ਤੁਸੀਂ ਰੂਰਲ ਡਵੈਲਪਮੈਂਟ ਪਿੰਡੂ ਵਿਕਾਸ ਮੰਤਰੀ ਸਾਹਿਬ ਜਿਹੜੇ ਨੇ ਸਾਹ ਕੁਲਦੀਪ ਸਿੰਘ ਤਾਲੀਵਾਲ ਜੀ ਨੂੰ ਵੀ ਡਾਇਰੈਕਟ ਕਰੋ ਕਿ ਪੈਸੇ ਨਾ ਰੋਕੋ ਹਾਂ ਜਿੱਥੇ ਕਿਤੇ ਤੁਹਾਨੂੰ ਸ਼ਿਕਾਇਤ ਹੈ ਕਿ ਕਿਤੇ ਪੈਸੇ ਦੀ ਦੁਰਵਰਤੋਂ ਹੋਈ ਹੈ ਉਹ ਤੇ ਤੁਹਾਡਾ ਬਕਾਇਦਾਤ ਹੱਕ ਬੰਦਾ ਤੁਸੀਂ ਉਹਦੀ ਇਨਵੈਸਟੀਗੇਸ਼ਨ ਕਰਾਓ ਉਹਦੀ ਤਹਿਕੀਕਾਤ ਕਰਾਓ ਜੇ ਕੋਈ ਗਲਤ ਆਦਮੀ ਉਹਦੇ ਵਿੱਚ ਹੀ ਅਫਸਰ ਜਾਂ ਕੋਈ ਵੀ ਪੰਚਾਇਤ ਵੱਲੋਂ ਕੋਈ ਕਮੀ ਪਾਈ ਜਾਂਦੀ ਉਹਨਾਂ ਤੇ ਐਕਸ਼ਨ ਲਓ ਪਰ ਸਾਰਿਆਂ ਤੇ ਆਪਣੇ ਆਪ ਹੀ ਇਕਮੁਸ਼ਤ ਇਹ ਕਮਰੋਗ ਦੇਣਾ ਇਹ ਚੰਗੀ ਭਾਵਨਾ ਨਹੀਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨ ਨੂੰ ਮੁਆਫੀ ਦੇਣ ਬਾਰੇ 3 ਅਪ੍ਰੈਲ ਤੱਕ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਤੱਕ ਫੈਸਲਾ ਨਾ ਲਿਆ ਗਿਆ ਤਾਂ ਕੇਂਦਰੀ ਗ੍ਰੈਸ ਕੱਤਰ ਨੂੰ ਅਗਲੀ ਤਾਰੀਖ 2 ਮਈ ਨੂੰ ਨਿੱਜੀ ਤੌਰ ਤੇ ਪੇਸ਼ ਹੋਣਾ ਪਵੇਗਾ ਸੁਪਰੀਮ ਕੋਰਟ ਨੇ ਇਹ ਹੁਕਮ ਰਾਜਵਾਨਾ ਦੀ ਪਟੀਸ਼ਨ ਤੇ ਦਿੱਤਾ ਰਾਜਵਾਨਾ ਨੇ 2 ਸਾਲ ਪਹਿਲਾਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਤੰਬਰ 2019 ਦੇ ਫੈਸਲੇ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਬਲਵੰਤ ਸਿੰਘ ਰਾਜਵਾਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਦਾ ਦੋਸ਼ੀ ਹੈ 31 ਅਗਸਤ 1995 ਨੂੰ ਪੰਜਾਬ ਸਿਵਲ ਸਿਕਤਰੇ ਦੇ ਬਾਹਰ ਇੱਕ ਥਾਕੇ ਚ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ NDPS ਐਕਟ ਤਹਿਤ ਦਰਜ ਮਾਮਲੇ ਵਿੱਚ ਕਾਨੂੰਨੀ ਹਿਰਾਸਤ ਅਧੀਨ ਕੇਂਦਰੀ ਜੇਲ ਪਟਿਆਲਾ ਚ ਬੰਦ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜੇਲ ਵਿਭਾਗ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ ਦੇ ਅੰਦਰ ਹੀ ਸਪੈਸ਼ਲ ਸੈਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਜੇਲ ਵਿਭਾਗ ਨੂੰ ਪੰਜਾਬ ਪੁਲਿਸ ਦੇ ਸੁਰੱਖਿਆ ਵਿੰਗ ਵੱਲੋਂ ਇਨਪੁਟ ਭੇਜਿਆ ਗਿਆ ਸੀ ਜਿਸ ਮਗਰੋਂ ਇਹ ਫੈਸਲਾ ਲਿਆ ਗਿਆ ਇਨਪੁਟ ਅਨੁਸਾਰ ਕਿਉਂਕਿ ਅਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਮੰਤਰੀ ਵੀ ਰਹੇ ਨੇ ਅਤੇ ਕਈ ਦੇਸ਼ ਵਿਰੋਧੀ ਅਤੇ ਗੜਬੜੀ ਫੈਲਾਉਣ ਵਾਲੇ ਸੰਗਠਨਾਂ ਦੇ ਨਿਸ਼ਾਨੇ ਤੇ ਰਹੇ ਨੇ ਅਤੇ ਉਹਨਾਂ ਸੰਗਠਨਾਂ ਨਾਲ ਜੁੜੇ ਰਹੇ ਕਈ ਲੋਕ ਜੇਲ੍ਹ ਵਿੱਚ ਬੰਦ ਨੇ ਇਸ ਲਈ ਜੇਲ੍ਹ ਅੰਦਰ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹਾਂ ਅਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇਗਾ ਪੁਲਿਸ ਦੇ ਉਕਤ ਇਨਪੁਟ ਦੇ ਆਧਾਰ ਤੇ ਜੇਲ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਤੋਂ رائے ਹਾਸਲ ਕੀਤੀ ਗਈ ਅਤੇ ਉਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਮਜੀਠੀਆਂ ਨੂੰ ਕੇਂਦਰੀ ਜੇਲ ਪਟਿਆਲਾ ਦੇ ਸਪੈਸ਼ਲ ਸੈੱਲ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਅਤੇ ਸੈੱਲ ਦੀ ਸੁਰੱਖਿਆ ਲਈ ਜੇਲ ਸਟਾਫ ਤੋਂ ਇਲਾਵਾ ਮੈਂਬਰਾਂ ਨੂੰ ਤਾਇਨਾਤ ਕਰ ਦਿੱਤਾ ਜਾਵੇ ਹਾਲਾਂਕਿ ਜੇਲ ਵਿਭਾਗ ਦੇ ਅਧਿਕਾਰੀਆਂ ਨੇ ਇਸ ਸੰਬੰਧੀ ਕੋਈ ਵੀ ਸੂਚਨਾ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਜੇਲ ਦੇ ਅੰਦਰ ਵਿਕਰਮ ਸਿੰਘ ਮਜੀਠੀ ਆਦਿ निगरानी ਲਈ 7-8 ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਤੋਂ بچਿਆ ਜਾ ਸਕੇ ਯਾਦ ਰਹੇ ਕਿ ਵਿਕਰਮ ਸਿੰਘ ਮਜੀਠੀਆ ਅਕਾਲੀ ਸਰਕਾਰ ਦੇ ਪਾਵਰਫੁੱਲ ਮੰਤਰੀ ਮੰਨੇ ਜਾਂਦੇ ਰਹੇ ਨੇ ਅਤੇ ਉਹਨਾਂ ਨੂੰ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਅੰਤਰਰਾਸ਼ਟਰੀ ਡਰੱਗ ਸਮਗਲਿੰਗ ਨਾਲ ਜੁੜੇ ਸਾਬਕਾ ਪਹਿਲਵਾਨ ਜਗਦੀਸ਼ ਸਿੰਘ ਪੋਲਾ ਨਾਲ ਸੰਬੰਧਿਤ 6000 ਕਰੋੜ ਦੇ ਡਰੱਗ ਰੈਕਟ ਮਾਮਲੇ ਸਬੰਧੀ ਕਈ ਸਾਲਾਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇ ਮਜੀਠੀਆ ਖਿਲਾਫ ਨਵੀਂ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਕਥਿਤ ਤੌਰ ਤੇ ਉਕਤ ਡਰੱਗ ਰੈਕਟ ਨਾਲ ਸੰਬੰਧਿਤ ਕੁਝ ਲੋਕਾਂ ਨੂੰ ਸੁਰੱਖਿਆ ਦਿੱਤੀ ਸੀ ਪੰਜਾਬ ਅੰਦਰ ਮੜਤੋਂ ਗੈਂਗਸਟਰਾਂ ਦੇ ਕਾਰਨਾਮਿਆਂ 'ਚ ਵਾਧਾ ਹੋ ਰਿਹਾ ਹੈ ਨਿਤ ਦਿਨ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਵਿੱਚ ਗੈਂਗਸਟਰਾਂ ਦਾ ਹੱਥ ਹੋਣ ਨਾਲ ਪੰਜਾਬ ਦੇ ਅਧਿਕਾਰੀ, ਰਾਜਨੇਤਾ, ਸਮਾਜ ਸੇਵਕਾਂ ਦੇ ਨਾਲ-ਨਾਲ ਹੁਣ ਖਿਡਾਰੀਆਂ ਤੋਂ ਲੈ ਕੇ ਕਲਾਕਾਰਾਂ ਤੱਕ ਵੀ ਗੈਂਗਸਟਰਾਂ ਦਾ ਖੌਫ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨੀ ਕਬੱਡੀ ਖਿਡਾਰੀ ਸੰਦੀਪ ਅੰਬੀਆ ਦੇ ਕਤਲ ਦੀ ਵਾਰਦਾਤ ਨੇ ਸਮੁੱਚੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉੱਥੇ ਹੀ ਹੁਣ ਕਲਾਕਾਰਾਂ ਨੂੰ ਧਮਕੀਆਂ ਦੇਣ ਦਾ ਮਾਮਲਾ ਵੀ ਸੁਰੱਖਿਆ 'ਚ ਛਾਇਆ ਹੋਇਆ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੁਰਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਇਸ ਨਾਲ ਸਮੁੱਚੇ ਪੰਜਾਬ ਵਾਸੀ ਖੌਫ ਦੇ ਸائے ਹੇਟ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਚਾਪ ਰਹੇ ਨੇ ਦ ਸੰਯੋਗ ਹੈ ਕਿ ਪੰਜਾਬ ਤਾਂ ਪਹਿਲਾਂ ਹੀ ਅਤਵਾਦ ਦਾ ਸੰਤਾਪ ਹਟਾ ਚੁੱਕਾ ਹੈ ਹਾਲੇ ਤੱਕ ਮੁੜ ਕੇ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਿਆ ਦੂਜੇ ਪਾਸੇ ਮੁਰਤੋਂ ਅਜਈਆਂ ਕਟਨਾਵਾਂ ਦਾ ਵਾਪਰਨਾ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਸੂਬੇ ਅੰਦਰ ਕਦੇ ਕਿਸੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਲੈ ਲੈਂਦਾ ਹੈ ਕਿਸੇ ਹੋਰ ਕਤਲ ਦੀ ਬੰਬੀਹਾ ਗਰੁੱਪ ਤੋਂ ਇਲਾਵਾ ਹੋਰ ਕਈ ਗਰੁੱਪ ਸ਼ਰਿਆਮ ਕਤਲ ਕਰਕੇ ਸੋਸ਼ਲ ਮੀਡੀਆ ਤੇ ਕਤਲ ਦੀ ਜ਼ਿੰਮੇਵਾਰੀ ਲੈਣ ਦੇ ਦਿਖਾਈ ਦਿੰਦੇ ਨੇ ਜਿੰਨਾ ਪਿੱਛੇ ਕੋ ਮੰਤਰੀ ਪੱਦਰ ਦੇ ਤਾਰੀਬ ਜੁੜਦੇ ਦਿਖਾਈ ਦੇ ਰਹੇ ਨੇ ਗੈਂਗਸਟਰਾਂ ਦੀ ਆਪਣੀ ਲੜਾਈ ਦੇ ਚਲਦਿਆਂ ਆਮ ਲੋਕਾਂ 'ਚ ਖੌਫ ਪੈਦਾ ਕਰਨਾ ਵੇ ਇੱਕ ਵੱਖਰੀ ਤਰ੍ਹਾਂ ਦਾ ਅੱਤਵਾਦ ਫੈਲਾਉਣਾ ਹੀ ਹੈ ਭਾਵੇਂ ਕਿ ਜੇਲ੍ਹਾਂ 'ਚ ਬੰਦ ਗੈਂਗਸਟਰ ਹੀ ਅਜਿਹਿਆਂ ਕਟਨਾਵਾਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਵਿਉਂਤਬੰਦੀ ਕਰਦੇ ਰਹਿੰਦੇ ਨੇ ਪਿਛਲੀ ਸਰਕਾਰ ਸਮੇਂ ਅਨੇਕਾਂ ਹੀ ਗਰੁੱਪਾਂ ਨੂੰ ਖਤਮ ਕਰਨ ਜਾਂ ਜੇਲ੍ਹਾਂ ਚ ਭੇਜਣ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਪਰ ਅੱਜ ਦੀ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ ਇਨ੍ਹਾਂ ਘਟਨਾਵਾਂ ਕਾਰਨ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਨ ਕਾਰਨ ਅਫਸਰਸ਼ਾਹੀ ਅਤੇ ਲੀਡਰਸ਼ਿਪ ਵੀ ਸਵਾਲਾਂ ਦੇ ਕੇਰੇ ਵਿੱਚ ਘਿਰਦੀ ਦਿਖਾਈ ਦਿੰਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਗੈਂਗਾਂ ਦੀ ਆਪਸੀ ਲੜਾਈ ਅਤੇ ਜਨਤਾ 'ਚ ਪੈਦਾ ਹੋ ਰਹੀ ਖੌਫ ਅਤੇ ਵਧ ਰਹੇ ਗੁੱਸੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਪੰਜਾਬ ਸਰਹਦੀ ਸੂਬਾ ਹੋਣ ਕਾਰਨ ਪਹਿਲਾਂ ਹੀ ਹਰ ਤਰ੍ਹਾਂ ਦੀਆਂ ਕਟਨਾਵਾਂ ਨੂੰ ਸਹਨ ਕਰਦਾ ਹੈ ਪਰ ਹੁਣ ਗੈਂਗਵਾਰ ਦਾ ਵਧਣਾ ਪੰਜਾਬ ਦੀ ਨੌਜਵਾਨੀ ਲਈ ਘਾਤਕ ਸਾਬਤ ਹੋ ਸਕਦਾ ਹੈ। ਇਸਨ ਅੱਜ ਦੀਆਂ ਮੁੱਖ-ਮੁੱਖ ਖਬਰਾਂ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਤਿ ਸ਼੍ਰੀ ਅਕਾਲ ਜੀ।